ਬਜਟ ਬਾਰੇ? ਅੱਜ ਸਾਡੀ ਪਹਿਲਾਂ ਕੈਬਨਿਟ ਮੀਟਿੰਗ ਸੀਗੀ ਚੰਡੀਗੜ੍ਹ, ਪਰ ਕੈਪਟਨ ਸਾਹਿਬ ਨੇ ਕਿਹਾ ਅਤੇ ਡੇਰ ਬਾਬਾ ਨਾਨਕ ਦੀ ਜਿਹੜੇ ਕੰਮ ਨੇ ਉਹਨਾਂ ਦੇ ਵੱਲ ਜ਼ਿਆਦਾ ਧਿਆਨ ਦਿਓ ਕਿ 8 ਤਰੀਕ ਨੂੰ ਇਹ ਜਿਹੜਾ ਲਾਂਘਾ ਖੁੱਲ੍ਹਣ ਜਾ ਰਿਹਾ, ਉਹਦੇ ਤੋਂ ਪਹਿਲਾਂ ਸਾਰੇ ਪ੍ਰੋਗਰਾਮ ਜਿਹੜੇ ਨੇ ਉਹਨਾਂ ਨੂੰ ਅਸੀਂ ਆਪਣੇ ਡਿਵੈਲਪਮੈਂਟ ਵਰਕਸ ਜਿਹੜੇ ਨੇ ਉਹਨਾਂ ਨੂੰ ਕੰਪਲੀਟ ਕਰ ਦਈਏ। ਔਰ ਮੇਰਾ ਖਿਆਲ ਹੈ ਕਿ ਅਸੀਂ 5 ਨਵੰਬਰ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਤਿਆਰ ਕਰ ਲਵਾਂਗੇ। ਮੇਰੇ ਖਿਆਲ ਹੈ ਕਿ ਫੀਸ ਨੂੰ ਬਹੁਤ ਵੱਡਾ ਇਸ਼ੂ ਨਹੀਂ ਬਣਾਉਣਾ ਚਾਹੀਦਾ, ਅਤੇ ਉਹਦੇ 'ਚ $20 ਕੋਈ ਸਾਡੇ ਲਈ ਬਹੁਤ ਵੱਡੀ, ਸਿੱਖਾਂ ਲਈ ਏਡਾ ਵੱਡਾ ਜੇ ਲਾਂਘਾ ਗੁਰੂ ਸਾਹਿਬ ਨੂੰ ਮੇਰੇ ਖਿਆਲ 77 ਸਾਲ ਬਾਅਦ ਜੀ ਸਾਨੂੰ ਗੁਰੂ ਦੇ ਦਰਸ਼ਨ ਹੋ ਰਹੇ ਨੇ, ਅਤੇ ਇਸ ਇਸ਼ੂ ਨੂੰ ਜ਼ਿਆਦਾ ਐਕਸਪਲਾਇਟ ਨਹੀਂ ਕਰਨਾ ਚਾਹੀਦਾ। ਜੇ ਗਵਰਨਮੈਂਟ ਆਫ ਇੰਡੀਆ ਨੇ ਸਾਨੂੰ ਪਰਮਿਸ਼ਨ ਦਿੱਤੀ, ਜਿਹੜੇ ਗਰੁੱਪ ਆਫ ਮਿਨਿਸਟਰਸ ਪੰਜਾਬ ਦੇ ਤਿੰਨਾਂ ਨੇ ਜਾਣਾ, ਤਾਂ ਉਹਦੇ 'ਚ ਮਿਲ ਕੇ ਅਸੀਂ ਉੱਥੋਂ ਦੀ ਗਵਰਨਮੈਂਟ ਨੂੰ ਰਿਕੁਐਸਟ ਕਰਾਂਗੇ ਕਿ ਜਿਹੜੀ ਇਹ ਚੀਜ਼ ਹੈ ਕਿ ਜਿਹੜੀ ਜਿਹੜਾ ਵੀਜ਼ਾ ਫੀਸ ਰੱਖੀ ਗਈ ਇਹਦੇ ਨੋਰਮਸ ਜਿਹੜੇ ਨੇ ਇਹਨੂੰ ਰਿਲੈਕਸ ਕਰ ਦਿੱਤਾ ਜਾਵੇ। ਔਰ ਦੂਸਰੀ ਚੀਜ਼ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜੇ ਹੱਜ ਲਈ ਗਵਰਨਮੈਂਟ ਆਫ ਇੰਡੀਆ ਜਿਹੜੀ ਆ ਫਰੀ ਆਫ ਕੋਸਟ ਜਿਹੜੀ ਹੱਜ ਯਾਤਰਾ ਕਰਵਾ ਸਕਦੀ ਹੈ, ਅਤੇ ਇਹ ਜਿਹੜੀ ਚੀਜ਼ ਜਿਹੜੀ ਗੁਰੂ ਨਾਨਕ ਸਾਹਿਬ ਦੇ ਜਿਹੜੀ ਚੀਜ਼ ਹੈ ਇਹਨੂੰ ਗਵਰਨਮੈਂਟ ਆਫ ਇੰਡੀਆ ਨੂੰ ਓਨ ਕਰਕੇ ਇਹ ਸਾਰਾ ਕੁਝ ਗਵਰਨਮੈਂਟ ਆਫ ਇੰਡੀਆ ਨੂੰ ਕਰਨਾ ਚਾਹੀਦਾ। ਔਰ ਇਹ ਚੀਜ਼ਾਂ ਜਿਹੜੀਆਂ ਨੇ ਗਵਰਨਮੈਂਟ ਆਫ ਇੰਡੀਆ ਨੂੰ ਟੇਕ ਅਪ ਕਰਨੀਆਂ ਚਾਹੀਦੀਆਂ ਨੇ ਪਾਕਿਸਤਾਨ ਦੀ ਗਵਰਨਮੈਂਟ ਦੇ ਨਾਲ। 19 ਤਰੀਕ ਨੂੰ ਜਿਹੜੀ ਇੱਥੇ ਕੈਬਨਿਟ ਦੀ ਮੀਟਿੰਗ ਹੋਏਗੀ, ਅਤੇ ਜਿਹੜੇ ਸਾਰੇ ਕੰਮ ਉਸ ਨੇ ਤੇ ਦੇਖੇ ਜਾਣਗੇ, ਔਰ ਕੈਪਟਨ ਸਾਹਿਬ ਆਪ ਉਹਨਾਂ ਕੰਮਾਂ ਦਾ ਰਿਵਿਊ ਕਰਨਗੇ, ਪੂਰੀ ਕੈਬਨਿਟ ਉਹਦੇ ਬਾਰੇ ਡਿਸਕਸ਼ਨ ਕਰੇਗੀ, ਔਰ ਜਿਹੜੇ ਟਾਈਮ ਬਾਉਂਡ ਉਹਨੂੰ ਸਾਰੀਆਂ ਚੀਜ਼ਾਂ ਕੀਤੀਆਂ ਜਾਣਗੀਆਂ, ਤਾਂ ਕਿ 5 ਨਵੰਬਰ ਤੋਂ ਪਹਿਲਾਂ ਇਹ ਸਾਰਾ ਕੁਝ ਹੈਂਡਓਵਰ ਕਰ ਦਿੱਤਾ ਜਾਵੇ, ਜਿਹੜੇ ਜਿਹੜੇ ਕੰਮ ਅਨਕੰਪਲੀਟ ਪਏ ਉਹਨਾਂ ਨੂੰ ਕੰਪਲੀਸ਼ਨ ਜਿਹੜੀ ਆ ਉਹ ਕਰ ਦਿੱਤੀ ਜਾਏਗੀ।